ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਨਮਸਕਾਰ। ਮੈਂ ਚੰਦਨ ਮਦਾਨ, ਐਕਸ ਰਣਜੀ ਟਰੋਫੀ ਪਲੇਅਰ, ਪੰਜਾਬ ਤੋਂ ਖੇਲਿਆ, ਅੰਮ੍ਰਿਤਸਰ ਲਈ ਖੇਲਿਆ, ਆਈ ਪੀ ਐਲ ਖੇਲਿਆ, ਦਿਓਦਰ ਟਰੋਫੀ ਖੇਲਿਆ, ਵੀ ਜੀ ਟਰੋਫੀ ਖੇਲਿਆ, ਇੰਟਰ ਕਾਲਜ, ਇੰਟਰ ਡਿਸਟ੍ਰਿਕਟ 15-16 ਸਾਲ ਖੇਲਿਆ। ਮੈਂ ਜਿੰਨੀ ਵੀ ਕ੍ਰਿਕਟ ਖੇਲਿਆ, ਮੈਂ ਬੜੀ ਮਿਹਨਤ ਨਾਲ ਅਤੇ ਬੜੀ ਲਗਨ ਨਾਲ ਖੇਲਿਆ, ਕਿਉਂਕਿ ਇੱਕੋ ਹੀ ਚੀਜ਼ ਆਉਂਦੀ ਸੀ ਲਾਈਫ 'ਚ, ਉਹੀ ਕੀਤੀ ਹੈ ਅਤੇ ਉਹੀ ਅੱਗੇ ਕਰਨ ਦਾ, ਬੱਚਿਆਂ ਨਾਲ ਸ਼ੇਅਰ ਕਰਨ ਦਾ ਆਪਣਾ ਐਕਸਪੀਰੀਅੰਸ, ਸਾਡਾ ਫਿਊਚਰ ਪਲੈਨਸ ਨੇ। ਅੱਜ ਦੀ ਵੀਡੀਓ ਬਣਾਉਣ ਦਾ ਇੱਕ ਮਕਸਦ ਸੀਗਾ ਕਿ ਮੈਨੂੰ 3-4 ਦਿਨ ਤੋਂ ਪਤਾ ਤਾਂ ਖੈਰ ਪਹਿਲਾਂ ਹੀ ਸੀਗਾ, ਜਿਹੜੇ ਸਿਲੈਕਟਰ ਲੱਗਣੇ ਸੀ, ਇਟ ਵਾਸ ਪ੍ਰੀ ਪਲੈਨਡ, ਪਤਾ ਤਾਂ ਸਾਨੂੰ ਸੀਗਾ। ਬਟ ਸਾਨੂੰ ਇੱਕ ਮਨਸ਼ਾ ਸੀਗੀ ਯਾਰ, ਸਾਡੀ ਅਸੀਂ ਜਦੋਂ ਸਿਲੈਕਟਰ ਲੱਗੇ ਪੰਜਾਬ ਟੀਮ ਨਾਲ 1.5 ਸਾਲ ਪਹਿਲੇ, ਉਦੋਂ ਚੰਡੀਗੜ੍ਹ ਦੀ ਟੀਮ ਵੀ ਬਣ ਗਈ ਨਵੀਂ, ਉਹਨਾਂ ਨੂੰ ਐਸੋਸੀਏਸ਼ਨ ਮਿਲ ਗਈ, ਕਾਫੀ ਮੁੰਡੇ, ਅੱਛੇ ਮੁੰਡੇ ਚੰਡੀਗੜ੍ਹ ਚਲੇ ਗਏ, ਜਿਹਦੇ ਨਾਲ ਪੰਜਾਬ ਟੀਮ ਕਾਫੀ ਡਿਸਟਰਬ ਹੋਈ। ਅਸੀਂ ਨੋਟ ਮੀ, ਸਾਰੇ ਸਿਲੈਕਟਰਸ ਡਿਊਰਿੰਗ ਕਰੋਨਾ ਟਾਈਮ ਬਹੁਤ ਆਪਣੀ ਫੈਮਿਲੀਸ ਨੂੰ ਪਿੱਛੇ ਛੱਡ ਕੇ, ਆਪਣੀ ਜੋਬ ਤੋਂ ਛੁੱਟੀਆਂ ਲੈ ਕੇ, ਵਿਦਆਊਟ ਪੇ ਜਾਂ ਜਿਸ ਤਰ੍ਹਾਂ ਵੀ, ਆਪਣੀਆਂ ਪਰਸਨਲ ਲੀਵ ਲੈ ਕੇ ਹਰ ਸਿਲੈਕਸ਼ਨ ਕਮੇਟੀ ਦੇ ਹਰ ਮੈਚ ਦੇਖਣ ਲਈ, ਚਾਹੇ ਉਹ ਬਠਿੰਡੇ ਹੋਏ, ਚਾਹੇ ਉਹ ਮੋਗੇ ਹੋਏ, ਚਾਹੇ ਉਹ T20 ਹੋਏ, ਸਾਰੇ ਮੈਚ ਦੇਖਣ ਲਈ ਅਸੀਂ ਕੈਂਪਸ ਦੇ ਮੈਚਾਂ 'ਤੇ ਪਹੁੰਚੇ। ਅਤੇ ਜਿਹਦਾ ਰਿਜ਼ਲਟ ਆਇਆ, ਅਸੀਂ ਪੰਜਾਬ ਟੀਮ ਨੇ ਆਊਟਸਟੈਂਡਿੰਗ ਕ੍ਰਿਕਟ ਖੇਲੀ, ਸੈਮੀਫਾਈਨਲ ਖੇਲੇ, T20 ਸੀ ਇਸ ਸਾਲ, ਹਿੰਦੁਸਤਾਨ ਦੀਆਂ ਸਾਰੀਆਂ ਵੱਡੀਆਂ ਟੀਮਾਂ ਹਰਾਈਆਂ। ਚਲੋ ਇੱਕ ਬੈਡ ਡੇ ਆਇਆ, ਅਸੀਂ ਸੈਮੀਫਾਈਨਲ ਹਾਰ ਗਏ, ਦੈਟਸ ਓਕੇ, ਪਾਰਟ ਆਫ ਕ੍ਰਿਕਟ। ਸਿਲੈਕਟਰਸ ਜਾਂ ਕੋਚਿਸ ਜਾਂ ਪਲੇਅਰਸ, ਕਿਤੇ ਨਾ ਕਿਤੇ ਲੱਕ ਮੈਟਰ ਕਰਦਾ ਇਹਨਾਂ ਦਾ ਵੀ, ਬਟ ਸਾਰਿਆਂ ਨੇ ਕੋਲੈਕਟਿਵ ਐਫਰਟ ਕੀਤੀ, ਪੀ ਸੀ ਏ ਨੇ ਬਹੁਤ ਅੱਛਾ ਕੰਮ ਕੀਤਾ, ਐਂਡ ਵੀ ਆਰ ਪ੍ਰਾਊਡ ਆਫ ਇਟ ਵਟ ਵੀ ਹੈਵ ਡਨ ਫੋਰ ਪੀ ਸੀ ਏ। ਅੱਗੇ ਵੀ ਕਦੀ ਮੌਕਾ ਮਿਲੇਗਾ ਤਾਂ ਇਸੇ ਜਜ਼ਬੇ ਨਾਲ ਕੰਮ ਕਰਾਂਗੇ। ਹੁਣ ਰੀਸੈਂਟਲੀ ਇੰਟਰਵਿਊਜ ਹੋਈਆਂ ਸੀ ਏ ਸੀ ਦੁਆਰਾ, ਇੱਕ ਵੀਡੀਓ, ਇੱਕ ਆਡੀਓ ਵਾਇਰਲ ਹੋਈ ਹੈ ਮਿਸਟਰ ਅਭਿਨਵ ਦੇ ਰਿਕਾਰਡਿੰਗ ਕਰਕੇ, ਵਿੱਚ ਪਹਿਲਾਂ ਤਾਂ ਇਹੀ ਬੜੀ ਮਾੜੀ ਗੱਲ ਹੈ ਕਿਸੇ ਬੰਦੇ ਨੂੰ ਫੋਨ ਕਰਕੇ ਉਹਦੀ ਰਿਕਾਰਡਿੰਗ ਕਰਨੀ, ਜੇ ਰਿਕਾਰਡਿੰਗ ਕਰ ਲਈ ਹੈ ਤਾਂ ਵਾਇਰਲ ਕਰਤੀ। ਉਹ ਰਿਕਾਰਡਿੰਗ 'ਚ ਸਾਫ ਸਾਫ ਪਤਾ ਲੱਗ ਰਿਹਾ ਹੈ ਕਿ ਹਾਂਡਾ ਸਾਹਿਬ ਨੇ ਕਿਸੇ 2-4-5 ਬੰਦੇ ਨੂੰ ਕਿਹਾ, ਹੋਰ ਵੀ ਸੁਣਿਆ ਇੱਧਰ ਉੱਧਰੋਂ, ਕਿ ਮੈਂ ਚੰਦਨ ਮਦਾਨ ਨੂੰ, ਅੰਕੁਰ ਕੱਕੜ ਨੂੰ ਅਤੇ ਲਵ ਅਬਲੀਸ਼ ਨੂੰ ਪੰਜਾਬ ਦੀ ਸਿਲੈਕਸ਼ਨ ਕਮੇਟੀ 'ਚ ਨਹੀਂ ਆਉਣ ਦੇਣਾ। ਚਲੋ ਤੁਸੀਂ ਆਉਣ ਵੀ ਨਹੀਂ ਦਿੱਤਾ, ਥੋੜ੍ਹਾ ਜਿਹਾ ਡਾਊਟ ਹੋ ਰਿਹਾ ਕਿ ਸ਼ਾਇਦ ਤੁਹਾਡੀ ਕਿਤੇ ਨਾ ਕਿਤੇ ਇਨਫਲੂਐਂਸ ਹੈਗੀ ਹੈ ਸੀ ਏ ਸੀ 'ਤੇ, ਬਟ ਆਈ ਐਮ ਨੋ ਬਡੀ ਟੂ ਡਾਊਟ। ਉਹ ਸਾਡੇ ਬੜੇ ਮਾਨੀਏ ਨੇ ਸੀ ਏ ਸੀ ਮੈਂਬਰਸ, ਉਹਨਾਂ ਨੇ ਆਈ ਹੋਪ ਕਿ ਸਹੀ ਕੰਮ ਹੀ ਕੀਤਾ ਹੋਏਗਾ। ਬਟ ਜੇ ਉਹਨਾਂ ਨੇ ਤੁਹਾਡੀ ਇਨਫਲੂਐਂਸ ਆ ਕੇ ਕੋਈ ਇਹੋ ਜਿਹਾ ਕੰਮ ਕੀਤਾ ਅਤੇ ਵਿਚ ਇਜ਼ ਵੈਰੀ ਸ਼ੇਮਫੁਲ ਐਕਟ ਫੋਰ ਐਵਰੀਬਡੀ, ਫੋਰ ਪੀ ਸੀ ਏ, ਫੋਰ ਅਸ, ਜਿਹੜੇ ਵੀ ਬੰਦੇ ਬੱਚੇ ਇੰਟਰਵਿਊ 'ਤੇ ਗਏ ਸੀਗੇ, ਸੀਨੀਅਰਸ ਗਏ ਸੀ, ਜੂਨੀਅਰਸ ਗਏ ਸੀ, ਉਹ ਸਾਰਿਆਂ ਲਈ ਇੱਕ ਬੜੀ ਦੁੱਖ ਦੀ ਗੱਲ ਹੈ ਕਿ ਯਾਰ ਪਹਿਲਾਂ ਹੀ ਤੁਸੀਂ ਡਿਸਾਈਡ ਕਰਕੇ ਬੈਠੇ ਹੋਏ ਸੀ। ਅਗਰ ਤੁਸੀਂ ਨਹੀਂ ਕਰਕੇ ਆਏ ਤਾਂ ਕਾਇੰਡਲੀ ਆਨਸਰ ਕਰੋ ਕਿ ਹਾਂਡਾ ਸਾਹਿਬ ਦਾ ਕੀ ਰੋਲ ਹੈ ਪੀ ਸੀ 'ਚ, ਵਾਈ ਹੀ ਇਜ਼ ਇੰਸਟ੍ਰਕਟਿੰਗ ਐਵਰੀਬਡੀ, ਕਿ ਮੈਂ ਸਾਰਿਆਂ ਨੂੰ ਕਾਲ ਕੀਤੀ, ਜੂਮ ਮੀਟਿੰਗ ਅਟੈਂਡ ਕਰੋ। ਉਹ ਭਾਈ ਸਰਕਾਰ ਨੇ ਰੋਕਾਂ ਲਾਈਆਂ ਹੋਈਆਂ, ਸਰਕਾਰ ਕਹਿੰਦੀ ਚੁੱਪ ਕਰਕੇ ਘਰ ਬਹਿ ਜਾਓ, ਕਰੋਨਾ ਨਾਲ ਬੱਚੇ ਨਾ ਮਰ ਜਾਣ, ਤੁਸੀਂ ਲੋਕ ਇੱਥੇ ਆ ਕੇ ਗਾਂਧੀ ਗਰਾਊਂਡ ਆ ਕੇ ਕਹਿ ਰਹੇ ਹੋ ਕੋਚਿੰਗ ਕਰੋ, ਨੈੱਟ ਲਾਓ, ਉਹ ਲਾਓ, ਤੁਸੀਂ ਸਮਝ ਨਹੀਂ ਰਹੇ ਸਿਚੁਏਸ਼ਨ ਕੀ ਹੈ। ਤੁਹਾਡੇ ਲਈ ਬੌਸੀ ਜ਼ਿਆਦਾ ਜ਼ਰੂਰੀ ਹੈ, ਐਨੀਵੇਜ਼ ਤੁਸੀਂ ਕਰੋ ਬੌਸੀ। ਬਟ ਮੈਂ ਤੁਹਾਨੂੰ ਇੱਕ ਆਪਣੀ ਦਿਲ ਦੀ ਗੱਲ ਦੱਸਦਾ, ਹਾਂਡਾ ਸਾਹਿਬ, ਮੈਂ ਬੜਾ ਜਜ਼ਬਾਤੀ ਬੰਦਾ, ਬੜਾ ਕਰੈਕਟਰ ਵਾਲਾ ਬੰਦਾ, ਤੁਸੀਂ ਜੇ ਮੇਰੇ ਨਾਲ ਪਰਸਨਲ ਹੋ ਕੇ ਕੰਮ ਕੀਤਾ ਤਾਂ ਬਹੁਤ ਹੀ ਮਾੜੀ ਗੱਲ ਕੀਤੀ ਹੈ। ਆਈ ਹੋਪ ਕਿ ਕਦੀ ਨਾ ਕਦੀ, ਮੈਂ ਤਾਂ ਤੁਹਾਡਾ ਕੁਛ ਨਹੀਂ ਕਰ ਸਕਦਾ, ਤੁਸੀਂ ਬੜੇ ਵੱਡੇ ਬੰਦੇ ਹੋ, ਤੁਹਾਡੇ ਪਿੱਛੇ ਪਾਵਰਾਂ ਵੀ ਬੜੀਆਂ ਵੱਡੀਆਂ, ਪਰ ਮੈਂ ਅਰਦਾਸ ਜ਼ਰੂਰ ਕਰਾਂਗਾ। ਤੁਸੀਂ ਇੱਕ, ਅਸੀਂ ਵੀ ਗਰੀਬ ਫੈਮਿਲੀ ਤੋਂ ਉੱਠੇ ਹਾਂ, ਚਲੋ ਨੌਕਰੀਆਂ ਲੱਗ ਗਈਆਂ, ਥੋੜ੍ਹਾ ਬਹੁਤ ਖੇਡ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ, ਤੁਸੀਂ ਸਾਡੇ ਕਰੀਅਰ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਟੀਮ ਇੱਕ ਬਣਨ ਦੀ ਉੱਧਰ ਚੱਲਦੀ ਪਈ ਸੀਗੀ, ਸੈਂਗਲ ਖੇਲੇ, ਇੱਕ ਮਾਹੌਲ ਬਣਿਆ ਸੀ ਟੀਮ ਦਾ, ਬਟ ਤੁਸੀਂ, ਚਲੋ ਸਾਨੂੰ ਕੋਈ ਇੰਨਾ ਜ਼ਿਆਦਾ ਦੁੱਖ ਨਹੀਂ, ਅਸੀਂ ਨਹੀਂ ਲੱਗੇ, ਪਰ ਐਕਸਪੈਕਟਿਡ ਸੀਗਾ ਕਿ ਅਸੀਂ ਅੱਛਾ ਕੰਮ ਕੀਤਾ, ਮੇਰਾ ਤੁਹਾਨੂੰ ਕਦੀ ਵੀ ਨਹੀਂ ਲੱਗਦਾ ਅਸੀਂ ਅੱਛਾ ਕੀਤਾ। ਦੂਸਰੀ ਗੱਲ, ਮੈਂ ਪੀ ਸੀ ਏ ਨੂੰ, ਪੀ ਸੀ ਏ ਆਫਿਸ ਬੀਅਰਸ ਨੂੰ ਪੁੱਛਣਾ ਚਾਹੁੰਦਾ ਕਿ ਇਹ ਬੰਦੇ ਜਿਹਨਾਂ ਕੋਈ ਪੋਸਟ ਨਹੀਂ ਗੀ, ਜਿਹਨਾਂ ਕੋਲ ਪੀ ਸੀ ਦੇ ਮੈਂਬਰਸ ਨਹੀਂ ਹੈ, ਜਿਹਨਾਂ ਕੋਈ ਪੋਸਟ ਨਹੀਂ ਹੈ, ਇਹ ਬੰਦੇ ਕੋਚਿਸ ਨੂੰ ਡਿਸਟ੍ਰਿਕਟਸ ਜਾ ਕੇ ਉਹਨਾਂ ਨੂੰ ਡੋਮੀਨੇਟ ਕਰ ਰਹੇ ਨੇ ਕਿ ਤੁਸੀਂ ਜਾਓ, ਤੁਸੀਂ ਜ਼ੂਮ ਮੀਟਿੰਗ ਅਟੈਂਡ ਕਰੋ, ਤੁਸੀਂ ਉੱਥੇ ਜਾਓ, 4-4 ਡਿਸਟ੍ਰਿਕਟਾਂ ਤੁਹਾਨੂੰ ਦੇ ਦਿੱਤੀਆਂ, ਤੁਸੀਂ ਕੰਮ ਕਰੋ। ਇਹ ਕੌਣ ਹੈਗੇ ਨੇ? ਕੀ ਇਹ ਪੀ ਸੀ ਏ ਆਫਿਸ ਬੀਅਰਸ ਉੱਪਰ ਨੇ? ਇਹ ਪੀ ਸੀ ਦੇ ਪਲੇਅਰਾਂ ਤੋਂ ਉੱਪਰ ਨੇ?
ਠੀਕ ਹੈ ਪੰਜਾਬ ਲਈ ਖੇਲੇ ਪਰ ਤੁਸੀਂ ਮੈਂਬਰ ਤਾਂ ਦਿੱਲੀ ਦੇ ਹੋ, ਦਿੱਲੀ ਕ੍ਰਿਕਟ 'ਚ ਤੁਹਾਡਾ ਕੀ ਯੋਗਦਾਨ ਹੈ ਜਿਹਦੀ ਤੁਸੀਂ ਮੈਂਬਰਸ਼ਿਪ ਲੈ ਕੇ ਬੈਠੇ ਹੋਏ ਹੋ? ਪਹਿਲਾਂ ਤਾਂ ਤੁਸੀਂ ਉਹ ਕਲੀਅਰ ਕਰੋ, ਫਿਰ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਅਗਲੀ ਵੀਡੀਓ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਅੰਮ੍ਰਿਤਸਰ ਇਲੈਕਸ਼ਨਾਂ 'ਚ ਤੁਸੀਂ ਕੀ ਕੀਤਾ। ਆਂਡਾ ਸਾਹਿਬ ਤੁਸੀਂ ਕ੍ਰਿਕਟ ਨੂੰ ਦੋ ਹਿੱਸਿਆਂ 'ਚ ਵੰਡ ਰਹੇ ਹੋ, ਕ੍ਰਿਕਟਰਾਂ ਨੂੰ ਦੋ ਹਿੱਸੇ 'ਚ ਵੰਡ ਰਹੇ ਹੋ, ਵਿਚ ਇਜ਼ ਨੋਟ ਗੁੱਡ ਫੋਰ ਦਾ ਫਿਊਚਰ ਆਫ ਪੰਜਾਬ ਕ੍ਰਿਕਟ। ਕਾਇੰਡਲੀ ਅੰਡਰਸਟੈਂਡ ਦਾ ਸਿਚੁਏਸ਼ਨ। ਅਗਰ ਕਿਸੇ ਨੇ ਵੀ ਐਕਸ ਆਫਿਸ ਬੇਅਰਸ ਦੇ ਕਿਸੇ ਨੇ ਗਲਤ ਕੀਤਾ ਹੈ, ਅਸੀਂ ਵੀ ਆਰ ਨੋ ਬੜੀ ਟੂ ਡਿਸਾਈਡ। ਤੁਸੀਂ ਕੋਰਟ 'ਚ ਕੇਸ ਲੈ ਗਏ, ਉਹ ਕੋਰਟ ਡਿਸਾਈਡ ਕਰੇਗੀ। ਤੁਸੀਂ ਹਰ ਗੱਲ 'ਚ ਇੱਕੋ ਹੀ ਗੱਲ ਬੋਲਦੇ ਹੋ, ਤੁਸੀਂ ਸਾਨੂੰ ਰੋਜ਼ ਸਵੇਰੇ ਇੱਕ ਨੈਗੇਟਿਵਲੀ ਵੀਡੀਓ ਪਾਉਂਦੇ ਹੋ, ਬੁੜੇ ਲੋਕ, ਚੰਗੇ ਲੋਕ, ਮਾੜੇ। ਸਰ ਅਸੀਂ ਤੁਹਾਡੀ ਵੀਡੀਓ ਨਹੀਂ ਦੇਖਣਾ ਚਾਹੁੰਦੇ, ਇਹੀ ਪ੍ਰੋਬਲਮ ਹੈ। ਅਸੀਂ ਤੁਹਾਡੀ ਵੀਡੀਓ ਸ਼ੇਅਰ ਕਰਨੀ ਬੰਦ ਕੀਤੀ, ਤੁਸੀਂ ਸਾਡਾ ਪਰਸਨਲ ਖਿਲਾਫ ਹੋ ਗਏ। ਇੱਕ ਬੰਦੇ ਨੇ ਤੁਹਾਡੇ ਨਾਲ ਆਵਾਜ਼ ਚੁੱਕੀ, ਤੁਸੀਂ ਬੰਦੇ ਗਰੁੱਪਾਂ 'ਚੋਂ ਡਿਲੀਟ ਕਰਨ ਲੱਗ ਪਏ। ਤੁਸੀਂ ਇੱਕ ਗਰੁੱਪ ਡਿਲੀਟ ਕੀਤਾ, ਚਾਰ ਗਰੁੱਪ ਬਣ ਗਏ, ਹੁਣ ਚਾਰ ਗਰੁੱਪਾਂ 'ਚ ਤੁਸੀਂ ਹੁਣ ਆਪ ਹੀ ਭੱਜ ਗਏ। ਜਾਂ ਤਾਂ ਤੁਸੀਂ ਕਹਿ ਕੇ ਸਾਹਮਣਾ ਕਰੋ, ਮੇਰੀ ਗੱਲਾਂ ਦਾ ਜਵਾਬ ਦਿਓ ਨਾਈਸਲੀ, ਰਿਕੁਐਸਟਫੁਲੀ, ਰਿਸਪੈਕਟਿਡਲੀ। ਮੈਂ ਤੁਹਾਨੂੰ ਇਹ ਕੁਐਸਚਨ ਕਰ ਰਿਹਾ ਕਿ ਹਾਂਡਾ ਸਾਹਿਬ ਤੁਸੀਂ ਮੇਰੇ ਨਾਲ ਪਰਸਨਲ ਜਾਂ ਅੰਕੁਰ ਕੱਕੜ ਨਾਲ ਜਾਂ ਲਵ ਅਬਲੀਸ਼ ਨਾਲ ਪਰਸਨਲ ਕਿਉਂ ਹੋ ਰਹੇ ਹੋ? ਅਸੀਂ ਤਾਂ ਤੁਹਾਡੀ ਮਦਦ ਹੀ ਬੜੀ ਕੀਤੀ ਹੈ, ਤੁਹਾਡੀ ਬੜੀ ਹੈਲਪ ਕੀਤੀ ਹੈ, ਕੇਸਾਂ 'ਚ ਵੀ ਹੈਲਪ ਕੀਤੀ ਹੈ। ਤੁਹਾਡੇ ਗਾਂਧੀ ਗਰਾਊਂਡ ਆਉਂਦੇ ਸੀ, ਤੁਹਾਨੂੰ ਅਸੀਂ ਹਰ ਜਗ੍ਹਾ ਤੁਹਾਡੇ ਨਾਲ ਗਏ, ਮੀਟਿੰਗਾਂ ਅਟੈਂਡ ਕੀਤੀਆਂ, ਤੁਹਾਡੀ ਗੱਲ ਸੁਣੀ ਕਿ ਤੁਸੀਂ ਲੋਡਾ ਦੀ ਗੱਲ ਕਰਦੇ ਹੋ, ਪਰ ਲੋਡਾ ਤਾਂ ਤੁਸੀਂ ਕਿਤੇ ਲਿਆ ਹੀ ਨਹੀਂ। ਤੁਸੀਂ ਤਾਂ ਡਿਸਟ੍ਰਿਕਟਾਂ 'ਚ ਆਪਣੇ ਬੰਦੇ ਲਿਆ ਰਹੇ ਹੋ, ਸ਼ਾਹੂਕਾਰ ਬੰਦੇ ਲਿਆ ਰਹੇ ਹੋ, ਜਿਹੜੇ ਕੋਲੋਂ ਤੁਸੀਂ ਫੈਸਿਲਿਟੀਆਂ ਯੂਜ਼ ਕਰ ਰਹੇ ਹੋ। ਹੁਣ ਮੈਂ ਐਡੀ ਜ਼ਿਆਦਾ ਨਹੀਂ ਡਿਟੇਲ 'ਚ ਜਾਵਾਂਗਾ, ਜੇ ਤੁਸੀਂ ਪੁੱਛ ਲਓਗੇ ਜਾਂ ਕੋਈ ਆਫਿਸ ਬੇਅਰਸ ਮੈਨੂੰ ਪੁੱਛ ਲਏਗਾ, ਮੈਂ ਡਿਟੇਲ ਔਰ ਉਹ ਸਾਰੀ ਐਕਟੀਵਿਟੀ ਦੱਸ ਦਾਂਗਾ ਜਿਹੜੀ ਤੁਸੀਂ ਪਿਛਲੇ 3-4 ਮਹੀਨਿਆਂ ਤੋਂ ਕਿਸੇ ਦੀ ਅੰਮ੍ਰਿਤਸਰ ਸ਼ਹਿਰ 'ਚ ਆ ਕੇ ਯੂਜ਼ ਕਰ ਰਹੇ ਹੋ, ਠੀਕ ਹੈ। ਬਟ ਅਸੀਂ ਤੁਹਾਡੇ ਨਾਲ ਪਰਸਨਲੀ ਹੈ, ਗੁੱਸਾ ਆਉਂਦਾ ਤੁਸੀਂ ਸਾਡੇ ਕਰੀਅਰ ਨਾਲ ਖੇਡ ਰਹੇ ਹੋ। ਵਾਏ, ਹੂ ਆਰ ਯੂ? ਤੁਹਾਡਾ ਪੰਜਾਬ ਕ੍ਰਿਕਟ ਲਈ ਕੀ ਯੋਗਦਾਨ ਹੈ ਸਿਵਾਏ ਲੜਾਈ ਝਗੜੇ ਤੋਂ, ਰੌਲੇ ਰੱਪੇ ਤੋਂ? ਕੀ ਯੋਗਦਾਨ ਹੈ ਤੁਸੀਂ? ਤੁਸੀਂ ਪਲੇਅਰਾਂ ਨਾਲ ਜੇ ਐਡੇ ਹੀ ਹੋ ਤਾਂ ਲੋਕਾਂ ਦੀ ਪੈਨਸ਼ਨਾਂ ਦੀ ਗੱਲ ਕਰੋ, ਕਿਉਂ ਨਹੀਂ ਪੈਨਸ਼ਨ ਲੱਗੀ ਹਾਲੇ ਤੱਕ? ਪਲੇਅਰਾਂ ਨੂੰ, ਸਿਲੈਕਟਰਾਂ ਨੂੰ, ਸਾਰਿਆਂ ਨੂੰ ਪੈਸੇ PCA ਨੇ ਕਮਿਟ ਕੀਤੇ, ਉਹ 'ਚ ਪਾਸ ਹੋਏ, ਐਪੈਕਸ ਕੌਂਸਲ ਨੇ ਪਾਸ ਕੀਤੇ, ਨਿਊਜ਼ ਪੇਪਰ 'ਚ ਆਇਆ, ਪ੍ਰਧਾਨ ਜੀ ਨੇ ਦੱਸਿਆ, ਸੈਕਟਰੀ ਸਾਹਿਬ ਨੇ ਦੱਸਿਆ, ਡਿਸਟ੍ਰਿਕਟ ਦੇ 2-3 ਸੈਕਟਰੀਆਂ ਨੇ ਸਾਨੂੰ ਕਿਹਾ ਤੁਹਾਡੇ ਪਾਸ ਹੋ ਗਏ ਆ, ਉਹ ਰਿਵੋਕ ਕਿਉਂ ਹੋਇਆ? ਤੁਸੀਂ ਇਸ ਗੱਲ 'ਤੇ ਜਵਾਬ ਕਰੋ, ਕਿਉਂਕਿ ਜਿਹੜੇ ਬੰਦੇ ਤੁਹਾਨੂੰ ਸੂਟ ਕਰਦੇ ਆ ਸਿਲੈਕਟਰ ਬਣ ਗਏ, ਤੁਸੀਂ ਉਹਨਾਂ ਦੇ ਪੈਸੇ ਦੀ ਗੱਲ ਕਰਦੇ ਹੋ, ਕਿਉਂਕਿ ਤੁਸੀਂ ਸਿਰਫ ਇੱਕ ਗਰੁੱਪ ਬਣਾ ਕੇ ਚੱਲਣਾ ਚਾਹੁੰਦੇ ਹੋ। ਮੈਂ ਤੁਹਾਨੂੰ ਸਾਫ਼ ਕਹਿ ਰਿਹਾ, ਯੂ ਆਰ ਬੀਂਗ ਅ ਪਾਰਟ ਆਫ ਵਨ ਗਰੁੱਪ, ਯੂ ਆਰ ਨੋਟ ਬੀਂਗ ਅ ਪਾਰਟ ਆਫ ਗੁੱਡ ਐਡਮਿਨਿਸਟ੍ਰੇਸ਼ਨ। ਜੇ ਚੰਗੀ ਐਡਮਿਨਿਸਟ੍ਰੇਸ਼ਨ ਕਰਨਾ ਚਾਹੁੰਦੇ ਹੋ, ਮੋਸਟ ਵੈਲਕਮ, ਅਸੀਂ ਖੜ੍ਹੇ ਹੱਥ ਜੋੜ ਕੇ ਤੁਹਾਡੇ ਲਈ ਕੰਮ ਕਰੋ, ਚਲਾਓ ਸਾਨੂੰ ਅੱਛੀ ਡਾਇਰੈਕਸ਼ਨ 'ਤੇ, ਸਾਨੂੰ ਡਾਇਰੈਕਟ ਕਰੋ। ਬਟ ਤੁਸੀਂ ਕਾਇੰਡਲੀ ਗੱਲ ਚੁੱਕਣੀ ਹੈ ਅਤੇ ਪੋਜ਼ੀਟਿਵ ਚੁੱਕੋ, ਪਲੇਅਰਾਂ ਦੀ ਗੱਲ ਕਰੋ, ਜਿਹੜੇ ਗਰੀਬ ਬੰਦੇ ਨੇ ਪੈਨਸ਼ਨਾਂ ਦੀ ਗੱਲ ਕਰੋ, ਉਹਨਾਂ ਦੀ ਜਿਨ੍ਹਾਂ ਕੋਲ ਨੌਕਰੀਆਂ ਨਹੀਂ ਹੈ PCA 'ਚ, ਉਹਨਾਂ ਦੀ ਨੌਕਰੀ ਦੀ ਗੱਲ ਕਰੋ, ਪਲੇਅਰਾਂ ਦੇ ਐਨੂਅਲ ਕੰਟਰੈਕਟ ਦੀ ਗੱਲ ਕਰੋ, ਇਹੋ ਜਿਹੀ ਗੱਲ ਕਰੋ ਨਾ ਤੁਸੀਂ। ਤੁਸੀਂ ਕਦੋਂ ਕੀਤੀ ਗੱਲ? ਜੇ ਤੁਸੀਂ ਲੋਕਾਂ 'ਚ ਆ ਕੇ ਗੱਲ ਕਹਿੰਦੇ, ਜੇ ਮੇਰੇ ਨਾਲ ਜੁੜੋ ਮੈਂ ਤੁਹਾਨੂੰ 15 ਲੱਖ ਦਵਾਵਾਂਗਾ, ਮੇਰੇ ਨਾਲ ਜੁੜੋ ਮੈਂ ਤੁਹਾਨੂੰ 20 ਲੱਖ ਦਵਾਵਾਂਗਾ। ਹੁਣ ਅਗਲੀ ਤੁਸੀਂ ਜਿਹੜੀ ਕਾਰਵਾਈ ਕਰ ਰਹੇ ਹੋ, ਤੁਸੀਂ ਜਿਹੜੇ ਬੱਚਿਆਂ ਨੇ, ਛੋਟੇ ਛੋਟੇ ਬੱਚੇ ਯਾਰ, ਉਹ ਸਾਡੇ ਤੋਂ ਵੀ 8-10 ਸਾਲ ਛੋਟੇ ਆ, ਉਹਨਾਂ ਤੋਂ ਕੇਸ ਹੋਏ, ਉਹਨਾਂ ਨੇ ਨਾਮ ਦਿੱਤੇ, ਪਟੀਸ਼ਨਰ ਬਣਾਏ, ਤੁਸੀਂ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਤੂੰ ਕੋਚ ਲਈ ਅਪਲਾਈ ਕਰ, ਅਸੀਂ ਤੈਨੂੰ ਕੋਚ ਲਵਾਵਾਂਗੇ। ਤੁਸੀਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਉਹਨਾਂ ਦੇ ਹੱਥ 'ਚ ਦੇਣਾ ਚਾਹੁੰਦੇ ਹੋ, ਜਿਹੜਾ ਬੰਦਾ ਕੋਰਟ ਦਾ ਮੂੰਹ ਕਰ ਰਿਹਾ, ਜਿਹੜਾ ਬੰਦਾ ਕੋਰਟ 'ਚ ਜਾ ਰਿਹਾ, ਇੱਦਾਂ ਮੈਂ 4 ਕੇਸ ਲਾ ਦਿੰਦਾ, ਮੈਨੂੰ ਫਿਰ ਸਵੇਰੇ 4 ਪੋਸਟਾਂ ਦੇ ਦਿਓ, ਹੈ ਨਾ? ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਕ੍ਰਿਕਟ? ਕਦੀ ਪਲੀਜ਼ ਕਦੀ ਅੱਖਾਂ ਬੰਦ ਕਰਕੇ ਸੋਚਿਓ ਕਿ ਕ੍ਰਿਕਟ ਲਈ ਤੁਸੀਂ ਕੀ ਕਰ ਰਹੇ ਹੋ। ਤੁਸੀਂ ਇੱਕ ਪਰਸਨਲ ਲੜਾਈ ਲੜ ਰਹੇ ਹੋ, ਜਿਹੜੀ ਤੁਹਾਡੀ ਕਦੀ ਤੁਸੀਂ ਹਰਟ ਹੋਏ ਹੋਗੇ ਜਾਂ ਕੋਈ ਵੀ ਤੁਹਾਡੀ ਹੋਏਗੀ, ਮੈਂ ਉਸ ਵਿੱਚ ਆਮ ਨੋ ਬੜੀ ਟੂ ਸੇ, ਬਟ ਕ੍ਰਿਕਟ ਨੂੰ, ਕ੍ਰਿਕਟਰਾਂ ਨੂੰ, ਦਿਸ ਇਜ਼ ਨੋਟ ਯੋਰ ਪ੍ਰੋਪਰਟੀ, ਇਹ ਤੁਹਾਡੀ ਪ੍ਰੋਪਰਟੀ ਨਹੀਂ ਹੈ। ਜਿੰਨੀ ਤੁਸੀਂ ਖੇਡੇ ਉਨੀ ਕੁ ਅਸੀਂ ਖੇਡੇ ਹਾਂ, ਜਿੰਨੀ ਕੁ ਤੁਸੀਂ ਮਿਹਨਤ ਕੀਤੀ ਹੋਏਗੀ ਉਨੀ ਕੁ ਅਸੀਂ ਕੀਤੀ ਹੈ, ਸਟਰਗਲ ਵੀ ਸਾਰੇ ਬਰਾਬਰ ਕਰਦੇ ਹਾਂ, ਪਰ ਤੁਸੀਂ ਸਾਡਾ ਕਰੀਅਰ ਡਿਸਾਈਡ ਕਰਨ ਵਾਲੇ ਕੌਣ ਹੋ? ਯੂ ਆਰ ਨੋ ਵਨ। ਔਰ CAC ਨੂੰ ਰਿਕੁਐਸਟ ਹੈ, ਅਗਰ ਸਰ ਸਾਰੇ ਭਰਾ ਨੇ ਮੇਰੇ ਵੱਡੇ ਨੇ, ਮੈਂ ਉਹਦੇ ਹੱਥਾਂ 'ਚ ਵੀ ਖੇਲਿਆ, ਨਾਲ ਵੀ ਖੇਲਿਆ, CAC ਮੈਂਬਰਸ ਨੂੰ ਰਿਕੁਐਸਟ ਹੈ, ਅਗਰ ਤੁਸੀਂ ਇਹਨਾਂ ਦੇ ਕਹਿਣ 'ਚ ਹੈਗੇ ਹੋ ਜਾਂ ਤੁਸੀਂ ਇਹਨਾਂ ਦੇ ਕਹਿਣੇ 'ਤੇ ਕੰਮ ਕੀਤਾ, ਉਹ ਅਸੈਪਟੇਬਲ ਨਹੀਂ ਹੈ। ਔਰ ਕਾਇੰਡਲੀ ਜੋ ਕੀਤਾ ਉਹ ਤਾਂ ਚਲੋ ਠੀਕ ਹੈ, ਤੁਸੀਂ ਕਰਤਾ, ਅੱਗੇ ਨਾ ਕਰਿਓ ਕਿ ਪੰਜਾਬ ਦੀ ਕ੍ਰਿਕਟ ਖਰਾਬ ਹੋਵੇ। ਅਸੀਂ ਕ੍ਰਿਕਟ ਨੂੰ ਉੱਤੇ ਲੈ ਕੇ ਜਾਣਾ ਚਾਹੁੰਦੇ ਹਾਂ, ਸਾਡੀ ਵਾਰੀ ਆਏ, ਸਿਲੈਕਸ਼ਨਾਂ ਦੀ ਆਏ, ਕੋਚਿੰਗ ਦੀ ਆਏ, ਨਾ ਆਏ, ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪਿਆਰ ਹੈ, ਅੱਜ ਜਿੱਥੇ ਬੈਠੇ ਹਾਂ, ਰੋਟੀ ਖਾਣ ਜੋਗੇ ਹੋਏ ਹਾਂ, ਘਰ 'ਚ ਬੈਠਾ, ਇਹ ਕ੍ਰਿਕਟ ਦੇ ਹੀ ਦਿੱਤਾ, ਇਹ ਕ੍ਰਿਕਟ ਦੀ ਕਮਾਈ ਹੈਗੀ ਸਾਰੀ। ਅਤੇ ਅਸੀਂ ਚਾਹੁੰਦੇ ਹਾਂ ਹੋਰ ਵੀ ਲੋਕ ਇੱਦਾਂ ਹੀ ਆਪਣੇ ਘਰ ਬਣਾਉਣ, ਆਪਣੀਆਂ ਨੌਕਰੀਆਂ ਲੈਣ, ਆਪਣੀਆਂ ਭੈਣਾਂ ਦੇ ਵਿਆਹ ਕਰਨ, ਮਿਹਨਤ ਨਾਲ ਖੇਲਣ, ਸਭ ਨੂੰ ਇੱਕ ਬਰਾਬਰ ਚਾਂਸ ਮਿਲਣਾ ਚਾਹੀਦਾ, ਅਤੇ ਇਹੋ ਜਿਹੇ ਬੰਦੇ ਨੂੰ ਅੱਗੇ ਲਿਆਓ ਜਿਹੜੇ ਬੰਦੇ ਬਰਾਬਰ ਚਾਂਸ ਦਿੰਦੇ ਨੇ। ਥੈਂਕ ਯੂ ਵੈਰੀ ਮੱਚ।